ਅਮਰਤਾ ਪ੍ਰੀਤਮ ਦੀ ਕਹਾਣੀ ਕਰਬਾਂ ਵਾਲੀ ਡਾਡੀ ਸੋਣੀ ਤੰਦੂਰੀ ਰੋਟੀ ਸੀ ਪਰ ਸਬਜ਼ੀ ਦੀ ਤਰੀ ਨਾਲ ਛੋਈ ਹੋਈ ਗਰਾਈ ਮੂਹ ਨਹੀਂ ਸੀ ਲਾਣ ਹੁੰਦੀ ਐਡੀਆਂ ਮਿਰਚਾਂ ਮੈਂ ਤੇ ਮੇਰੇ ਦੋਵੇਂ ਬੱਚੇ ਸੀ ਸੀ ਘਰ ਉੱਥੇ ਸਾਂ ਇੱਥੋਂ ਬੀਬੀ ਜੱਟਾਂ ਦਾ ਲੰਘਾ ਬਹੁਤ ਐ ਦਾਰੂ ਦੀ ਦੁਕਾਨ ਵੀ ਇੱਥੇ ਕੋਹਾਂ ਚ ਇੱਕੋ ਹੀ ਤੇ ਜੱਟ ਜਦੋਂ ਘੁੱਟ ਪੀ ਲੈਂਦੇ ਨੇ ਫਿਰ ਵਾਵਾ ਮਿਰਚਾਂ ਵਾਲਾ ਸਲੂਣਾ ਮੰਗਦੇ ਨੇ ਤੰਦੂਰ ਵਾਲਾ ਆਖਦਾ ਪਿਆ ਸੀ ਇੱਥੇ ਜੱਟ दारू ਆਉ ਬੀਬੀ ਕੁੱਟ दारू ਤਾਂ ਸਾਰੇ ਪੀਂਦੇ ਨੇ ਪਰ ਜਦੋਂ ਕੋਈ ਬੰਦਾ ਛੰਦਾ ਮਾਰ ਆਉਣ ਉਦੋਂ ਜਰਾ ਬਹੁਤੀਓ ਪੀ ਜਾਂਦੇ ਨੇ ਇੱਥੇ ਇਹੋ ਜਿਹੀ ਵਾਰਦਾਤਾ ਅਜੇ ਤਾਂ ਪਰਸੋਂ ਚੌਥੇ ਕੋਈ 5-6 ਜਣੇ ਆ ਗਏ ਇੱਕ ਬੰਦਾ ਮਾਰਾਏ ਸਨ ਵਾਹ ਵਾ ਚੜੀ ਹੋਈ ਸਾਨੀ ਲੱਗੇ ਖਰੂਦ ਪਾਣ ਉਹ ਵੇਖਾ ਮੇਰੀਆਂ ਤਿੰਨ ਕੁਰਸੀਆਂ ਟੁੱਟੀਆਂ ਪਈਆਂ ਨੇ ਅਜੇ ਤਾਂ ਰੱਬ ਭਲਾ ਕਰੇ ਪੁਲਿਸ ਵਾਲਿਆਂ ਦਾ ਉਹ ਛੇਤੀਓ ਫੜ ਕੇ ਲੈ ਗਏ ਉਹਨਾਂ ਨੂੰ ਨਹੀਂ ਤੇ ਖੋਰੇ ਮੇਰੇ ਸੁੱਲੇ ਦੀਆਂ ਇੱਟਾਂ ਵੀ ਨਹੀਂ ਸੀ ਲੱਭਣੀਆਂ ਪਰ ਖੱਟੀ ਵੀ ਤੇ ਅਸੀਂ ਉਹਨਾਂ ਦੀ ਉਹ ਖਾਨੇ ਆ ਕੁਛ ਲਿਆ ਨਦੀ ਵੇਖਣ ਦਾ ਖਤ ਮੈਨੂੰ ਉਸ ਦਿਨ ਚੰਡੀਗੜ੍ਹੋਂ ਫੇਰ ਇੱਕ ਪਿੰਡ 'ਚ ਲੈ ਗਿਆ ਪਰ ਮਿਰਚਾਂ ਤੋਂ ਤੁਰਦੀ ਗੱਲ दारू ਤੇ ਪਹੁੰਚ ਗਈ ਤੇ दारू ਤੋਂ ਖੂਨ ਖਰਾਬੇ ਉੱਤੇ ਤੇ ਮੈਂ ਉਸ ਪਿੰਡੋਂ ਛੇਤੀ ਛੇਤੀ ਬੱਚਿਆਂ ਨੂੰ ਲੈ ਕੇ ਵਾਪਸ ਮੁੜਨ ਲਈ ਕਾਲੀ ਪੈ ਗਈ ਤੰਦੂਰ ਚੰਗਾ ਲਿਪਿਆ ਪੋਚਿਆ ਅੰਦਰੋਂ ਖੁੱਲਾ ਸੀ ਤੇ ਅੰਦਰ ਵਾਰ ਇੱਕ ਪਾਸੇ 6-7 ਖਾਲੀ ਬੋਰੀਆਂ ਤਾਣ ਕੇ ਜਿਹੜਾ ਪਰਦਾ ਕੀਤਾ ਸੀ ਉਦੇ ਪਿੱਛੇ ਡੱਟੀਆਂ ਹੋਈਆਂ ਤਿੰਨ ਮੰਜ਼ੀਆਂ ਦੇ ਪਾਵੇ ਦੱਸਦੇ ਸਨ ਕਿ ਤੰਦੂਰ ਵਾਲੇ ਦੇ ਬਾਲ ਬੱਚੇ ਤੇ ਤੀਵੀ ਵੀ ਉੱਥੇ ਰਹਿੰਦੇ ਆ ਮੈਨੂੰ ਲੱਗਾ ਆਖਰ ਕੋਈ ਐਡਾ ਖਤਰਾ ਨਹੀਂ ਉੱਥੇ ਤੀਵੀ ਦੀ ਰਿਹائش ਹੈ ਇੱਜ਼ਤ ਦੀ ਰਿਹائش ਹੈ ਕਿਸੇ ਤੀਵੀ ਹੱਥ ਨੇ ਟਾਟ ਦਾ ਕੰਡਾ ਮੋੜਿਆ ਬਾਹਰ ਨੂੰ ਝਾਕਿਆ ਫਿਰ ਝਾਕਿਆ ਤੇ ਫਿਰ ਉਹ ਬਾਹਰ ਆ ਕੇ ਮੇਰੇ ਕੋਲ ਖਲੋ ਗਈ ਬੀਬੀ ਤੂੰ ਮੈਨੂੰ ਸਮਝਾ ਨੀ ਤਾਂ ਉਹ ਇੱਕ ਸਾਦੀ ਜੀ ਤੇ ਅਸਲੋਂ ਜਵਾਨ ਤੀਵੀ ਸੀ ਮੈਂ ਉਹਦੇ ਮੂੰਹ ਹਲ ਤੱਕਦੀ ਰਹੀ ਪਰ ਮੈਨੂੰ ਕੋਈ ਭੁੱਲੀ ਵਿਸਰੀ ਗੱਲ ਵੀ ਚੇਤੇ ਨਹੀਂ ਮੈਂ ਤੇ ਤੈਨੂੰ ਸੰਝਾਣ ਲਿਆ ਬੀਬੀ ਪਰ ਉਹ ਨਾ ਸੱਚੇ ਪ੍ਰਾਰਵੀਤ ਤੂੰ ਇੱਥੇ ਆਈ ਸੀ ਨਾ ਆਈ ਤੇ ਸਾਂ ਸਾਹਮਣੇ ਮੈਦਾਨ 'ਚ ਇੱਕ ਜਾਂਜ ਉਤਰੀ ਹੋਈ ਸੀ ਹਾਂ ਇਹ ਵੀ ਮੈਨੂੰ ਯਾਦ ਏ ਉੱਥੇ ਤੂੰ ਮੈਨੂੰ ਡੋਲੀ 'ਚ ਬੈਠੀ ਹੋਈ ਨੂੰ ਰੁਪਈਆ ਦਿੱਤਾ ਸੀ ਗੱਲ ਯਾਦ ਆਈ ਦੋ ਵਰੇ ਹੋਏ ਮੈਂ ਚੰਡੀਗੜ੍ਹ ਗਈ ਸੀ ਉੱਥੇ ਨਵਾਂ ਰੇਡੀਓ ਸਟੇਸ਼ਨ ਖੁੱਲਣਾ ਸੀ ਤੇ ਪਹਿਲੇ ਦਿਨ ਦੇ ਸਮਾਗਮ ਲਈ ਮੇਰੇ ਦਿੱਲੀ ਦੇ ਦਫਤਰ ਨੇ ਮੈਨੂੰ ਉੱਥੇ ਇੱਕ ਨਜ਼ਮ ਪੜਨ ਲਈ ਭੇਜਿਆ ਸੀ ਮੋਨ ਸਿੰਘ ਤੇ ਇੱਕ ਹਿੰਦੀ ਕਵੀ ਜਲੰਧਰ ਸਟੇਸ਼ਨ ਵੱਲੋਂ ਆਏ ਸਨ ਤੇ ਸਮਾਗਮ ਛੇਤੀ ਖਤਮ ਹੋ ਗਿਆ ਸੀ ਤੇ ਅਸੀਂ ਤਿੰਨ ਚਾਰ ਲਿਖਾਰੀ ਕੁਸ਼ਲਿਆ ਨਦੀ ਵੇਖਣ ਚੰਡੀਗੜ੍ਹ ਤੋਂ ਇਸ ਪਿੰਡ ਆ ਗਏ ਸਾਂ ਨਦੀ ਕੋਈ 2 ਮੀਲ ਡੇਢ ਮੀਲ ਉਤਰਾਈ ਉੱਤੇ ਸੀ ਤੇ ਵਾਪਸੀ ਚੜਾਈ ਚੜਦੇ ਹਾਂ ਸੀ ਸਾਰੇ ਚਾਹ ਦੇ ਇੱਕ ਇੱਕ ਪਿਆਲੇ ਵਾਸਤੇ ਤਰਸ ਗਏ ਸਾਂ ਸਾਰਿਆਂ ਤੋਂ ਸਾਫ਼ ਤੇ ਖੁੱਲੀ ਦੁਕਾਨ ਇਹੋ ਜਾਪੀ ਇੱਥੋਂ ਚਾਹ ਦਾ ਇੱਕ ਇੱਕ ਗਰਮ ਪਿਆਲਾ ਪੀਤਾ ਸੀ ਉਸ ਦਿਨ ਇਸ ਦੁਕਾਨ ਉੱਤੇ ਭੁੱਜਦੇ ਮਾਸ ਤੇ ਤੰਦੂਰੀ ਰੋਟੀਆਂ ਦੇ ਨਾਲ-ਨਾਲ ਮਿਠਾਈ ਦੀ ਵੀ ਚੰਗੀ ਭੇਡ ਸੀ ਤੰਦੂਰ ਵਾਲਾ ਆਖਦਾ ਪਿਆ ਸੀ ਅੱਜ ਇੱਥੋਂ ਮੇਰੀ ਭਣੇਵੀ ਦੀ ਡੋਲੀ ਲੰਘਣੀ ਹੈ ਮੇਰੀ ਵੀ ਤਾਂ ਖਾਤਰ ਬਣਦੀ ਹੈ ਨਾ ਤੇ ਫਿਰ ਸਾਹਮਣੇ ਮੈਦਾਨ 'ਚ ਡੋਲੀ ਉਤਰਾਈ ਡੋਲੀ ਕਿਸੇ ਪਿਛਲੇ ਪਿੰਡੋਂ ਆਈ ਸੀ ਤੇ ਅੱਗੇ ਜਾਣੀ ਸੀ ਰਾਤ ਮਾਮੇ ਨੇ ਸਵਾਗਤ ਦਿੱਤਾ ਸੀ ਤੇ ਵਿਆਹ ਵੀ ਅਜੀਬ ਚੀਜ਼ੀ ਉਹਨੀਆਂ ਕਿੱਡੇ ਰੰਗ ਬੰਦ ਹੈ ਤੇ ਜਾਂਦੇ ਸਾਡੇ ਵਿੱਚੋਂ ਇੱਕ ਨੇ ਆਖਿਆ ਸੀ ਤੇ ਚਾਹ ਦੇ ਘਟਾਂ ਨਾਲ ਰੰਗ ਦੀ ਫਿਲਾਸਫੀ ਵੀ ਗਰਮ ਹੁੰਦੀ ਗਈ ਸੀ ਠਹਿਰੋ ਮੈਂ ਨਵੀਂ ਬੋਟੀ ਦਾ ਮੂੰਹ ਵੇਖਾਂ ਵਾ ਪਲਾਉ ਦੇ ਮੂੰਹ ਤੇ ਅੱਜ ਕਿਹੋ ਜਿਹਾ ਰੰਗ ਹੈ ਮੈਨੂੰ ਯਾਦ ਏ ਮੈਂ ਆਖਿਆ ਸੀ ਤੇ ਅੱਗੋਂ ਮੇਰੇ ਸਾਥੀਆਂ ਨੇ ਜਵਾਬ ਦਿੱਤਾ ਸੀ ਸਾਨੂੰ ਤਾਂ ਕਿਸੇ ਡੋਲੀ ਦੇ ਨੇੜੇ ਨਹੀਂ ਜਾਣਦੇ ਨਾ ਤੁਸੀਂ ਵੇਖੋ ਪਰ ਖਾਲੀ ਹੱਥੀ ਨਾ ਵੇਖਣਾ ਤੇ ਮੈਂ ਹੱਸਦੀ-ਹੱਸੀ ਡੋਲੀ ਕੋਲ ਚਲੀ ਗਈ ਸਾ ਡੋਲੀ ਦਾ ਪਰਦਾ ਇੱਕ ਪਾਸੇ ਉੱਚਿਆ ਹੋਇਆ ਸੀ ਮੈਂ ਕੋਲ ਬੈਠੀ ਹੋਈ ਨੈਣ ਨੂੰ ਪੁੱਛਿਆ ਸੀ ਮੈਂ ਵਾਟੇ ਦਾ ਮੂੰਹ ਵੇਖ ਲਵਾਂ ਬੇਬੇ ਜੀ ਸਦਕੇ ਵੇਖਣਾ ਸਾਡੀ ਕੁੜੀ ਤੇ ਹੱਥ ਲਾਇਆ ਮੈਲੀ ਹੁੰਦੀ ਏ ਤੇ ਸੱਚਮੁੱਚ ਕੁੜੀ ਦੀ ਸ਼ਿੰਗਾਰਪੂਰੀ ਨੱਥ ਵਿੱਚ ਜਿਹੜੀ ਮੁਸਕਰਾਟ ਦਾ ਮੋਤੀ ਲਿਸ਼ਕਦਾ ਪਿਆ ਸੀ ਉਹਦਾ ਰੰਗ ਚੱਲਣਾ ਕੋਈ ਸੌਖਾ ਨਹੀਂ ਸੀ ਮੈਂ 1 ਰੁਪਈਆ ਉਹਦੀ ਮੋਠੇ 'ਚ ਰੱਖਿਆ ਤੇ ਜਦੋਂ ਮੁੜੀ ਮੇਰੇ ਸਾਥੀ ਆਖਦੇ ਪਏ ਸਨ ਘੜੀ ਕੋ ਪਹਿਲਾਂ ਜਦੋਂ ਤੁਸੀਂ ਨਜ਼ਮ ਪੜ੍ਹੀ ਸੀ ਕਾਲਜ ਦੀਆਂ ਕਿੰਨੀਆਂ ਕੁੜੀਆਂ ਨੇ ਰੁਪਈਏ ਰੁਪਈਏ ਦੇ ਨੋਟ ਉੱਤੇ ਤੁਹਾਡੇ ਕੋਲੋਂ ਦਸਖਤ ਕਰਵਾਏ ਸਨ ਪਰੇ ਸੋਚਾਰੀ ਨੂੰ ਕੀ ਪਤਾ ਕਿ ਅੱਜ ਇਹ ਰੁਪਈਆ ਉਹਨੂੰ ਕਿਹਨੇ ਦਿੱਤਾ ਏ ਕਿਤੇ ਜਾਣਦੀ ਹੁੰਦੀ ਦਸਖਤ ਹੀ ਕਰਵਾ ਲੈਂਦੀ ਇਹ ਪ੍ਰਾਰਧ ਦੀ ਗੱਲ ਸੀ ਮੈਨੂੰ ਸਗਵੀ ਦੀ ਸਗਵੀ ਚੇਤੇ ਆ ਗਈ ਤੋ ਉਹ ਡੋਲੀ ਵਾਲੀ ਕੁੜੀ ਆਹੋ ਬੀਬੀ ਪਤਾ ਨਹੀਂ ਕਿਹੜੇ ਹਾਦਸੇ ਨੇ ਦੋ ਬਰਿਆਂ ਚ ਉਹਨੂੰ ਕੁੜੀ ਤੋਂ ਧੀਵੀ ਜਿਹਾ ਬਣਾ ਦਿੱਤਾ ਸੀ ਹਾਦਸੇ ਦੇ ਚਿੰਨ੍ਹ ਉਹਦੇ ਮੂੰਹ ਤੋਂ ਲੱਭਦੇ ਪਏ ਸਨ ਫਿਰ ਵੀ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਉਹਨੂੰ ਕਿਸ ਤਰ੍ਹਾਂ ਕੁਝ ਪੁੱਛਾਂ ਬੀਬੀ ਮੈਂ ਤੇਰੀ ਤਸਵੀਰ ਅਖਬਾਰ ਚ ਤੱਕੀ ਸੀ ਇੱਕ ਵਾਰੀ ਨਹੀਂ ਦੋ ਵਾਰੀ ਇੱਥੇ ਵੀ ਕਿੰਨੇ ਹੀ ਲੋਕ ਆਉਂਦੇ ਨੇ ਜਿਨ੍ਹਾਂ ਕੋਲ ਅਖਬਾਰ ਹੁੰਦੀ ਏ ਕਈ ਤੇ ਰੋਟੀ ਖਾਂਦੇ ਆ ਫਿਰ ਇੱਥੇ ਹੀ ਛੱਡ ਜਾਂਦੇ ਨੇ ਸੱਚ ਤੇ ਫਿਰ ਤੂੰ ਪਛਾਣ ਲਈ ਸੀ ਲੈ ਮੈਂ ਤੇ ਝੱਟ ਪਛਾਣ ਲਈ ਸੀ ਪਰ ਬੀਬੀ ਉਹ ਤੇਰੀ ਤਸਵੀਰ ਕਿਉਂ ਛਾਪਦੇ ਨੇ ਮੇਰੇ ਕੋਲ ਛੇਤੀ ਛੇਤੀ ਜਵਾਬ ਨਾ ਦੇਣ ਹੋਇਆ ਇਹੋ ਜਿਹਾ ਸਵਾਲ ਅੱਗੇ ਕਦੀ ਕਿਸੇ ਨੇ ਕੀਤਾ ਨਹੀਂ ਸੀ ਕੁਝ ਸੰਘ ਕੇ ਮੈਂ ਆਖਿਆ ਮੈਂ ਨਜ਼ਮਾਂ ਕਹਾਣੀਆਂ ਲਿਖਨੀ ਆ ਨਾ ਕਹਾਣੀਆਂ ਭਲੰਬੀ ਵੀ ਉਹ ਕਹਾਣੀਆਂ ਸੱਚੀਆਂ ਹੁੰਦੀਆਂ ਨੇ ਕਿ ਝੂਠੀਆਂ ਕਹਾਣੀਆਂ ਤੇ ਸੱਚੀਆਂ ਹੀ ਹੁੰਦੀਆਂ ਨੇ ਉੰਜ ਨਾਂ ਸਾਰੇ ਝੂਠੇ ਹੁੰਦੇ ਨੇ ਤਾਂ ਕਿ ਪਛਾਣੀਆਂ ਨਾ ਜਾਣ ਤੂੰ ਮੇਰੀ ਕਹਾਣੀ ਵੀ ਲਿਖ ਸਕਣੀ ਆ ਬੀਬੀ ਤੇ ਜੇ ਤੂੰ ਆਖੇ ਤਾਂ ਮੈਂ ਜ਼ਰੂਰ ਲਿਖ ਲਿਖ ਦੇਾਂਗੀ ਮੇਰਾ ਨਾਂ ਕਰਮਾਂ ਵਾਲੀ ਹੈ ਮੇਰਾ ਤੇ ਭਾਵੇਂ ਨਾਂ ਵੀ ਝੂਠਾ ਨਾ ਲਿਖੇ ਮੈਂ ਕੋਈ ਝੂਠ ਥੋੜਾ ਬੋਲਨੀ ਆ ਮੈਂ ਤੇ ਸੱਚ ਆਖਣੀ ਆ ਪਰ ਮੇਰੀ ਗੱਲ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਤੇ ਉਹ ਮੇਰਾ ਹੱਥ ਫੜ ਕੇ ਮੈਨੂੰ ਟਾਟ ਦੇ ਪਿੱਛੇ ਡੱਠੀ ਹੋਈ ਮੰਜੀ ਤੇ ਲੈ ਗਈ ਜਦੋਂ ਮੇਰਾ ਵਿਆਹ ਹੋਣਾ ਸੀ ਨਾ ਮੇਰੇ ਸਹੁਰਿਆਂ ਦੋ ਜਣੀਆਂ ਮੇਰਾ ਮੇਚਾ ਲੈਣ ਆਈਆਂ ਉਹਨਾਂ ਚ ਇੱਕ ਕੁੜੀ ਮੇਰੇ ਹਾਨ ਦੀ ਸੀ ਅਸਲੋ ਮੇਰੇ ਜਿੱਡੀ ਉਦੂ ਰੂ ਨੇੜਿਓ ਮੇਰੀ ਨਨਾਨ ਲੱਗਦੀ ਸੀ ਮੇਰਾ ਝੱਗਾ ਸੁੱਤਣ ਮੀਣ ਕੇ ਆਖਣ ਲੱਗੀ ਨਿਹਰਾ ਮੇਰਾ ਹੀ ਮੇਚਾ ਹੈ ਭਾਬੀ ਤੂੰ ਫਿਕਰ ਨਾ ਕਰ ਜਿਹੜੇ ਕੱਪੜੇ ਸੀਵਾਂਗੀ ਤੈਨੂੰ ਡਾਢੇ ਪੂਰੇ ਆਉਣਗੇ ਸੱਚੀ ਮੁੱਚੀ ਵਰੀ ਦੇ ਜਿੰਨੇ ਵੀ ਕੱਪੜੇ ਸੀ ਇਹਨੂੰ ਡਾਢੇ ਸੋਹਣੇ ਪੂਰੇ ਆਉਂਦੇ ਸਨ ਉਹ ਯੋ ਨਾਨ ਮੇਰੇ ਕੋਲ ਕਿੰਨੇ ਮਹੀਨੇ ਰਹੀ ਤੇ ਪਿੱਛੋਂ ਵੀ ਮੇਰਾ ਜਿਹੜਾ ਕੱਪੜਾ ਬਣਦਾ ਸੀ ਉਹ ਹੀ ਉਸੇ ਆਉਂਦੀ ਸੀ ਤੇ ਮੇਰੇ ਮਹਲਾਰ ਵੀ ਬੜੇ ਕਰਦੀ ਸੀ ਭਾਬੀ ਭਾਵੇਂ ਮੈਂ 2 ਮਹੀਨੇ ਆਵਾ ਤੇ ਭਾਵੇਂ 6 ਹੀ ਮਹੀਨੇ ਪਰ ਤੂੰ ਕਿਸੇ ਹੋਰ ਕੋਲੋਂ ਕੱਪੜਾ ਨਾ ਸਵਾਵੇਂ ਮੈਨੂੰ ਵੀ ਉਹ ਚੰਗੀ ਲੱਗਦੀ ਸੀ ਮੇਰਾ ਜਿਹੜਾ ਕੱਪੜਾ ਸਿਉਂਦੀ ਸੀ ਪਹਿਲੋਂ ਆਪ ਪਾ ਕੇ ਵੇਖਦੀ ਸੀ ਆਖਦੀ ਸੀ ਤੇਰਾ ਮੇਰਾ ਇੱਕੋ ਮਿੱਚ ਜਾ ਵੇਖ ਮੈਨੂੰ ਕਿਹਾ ਪੂਰਾ ਤੇ ਤੈਨੂੰ ਵੀ ਡਾਡਾ ਪੂਰਾ ਆਏਗਾ ਤੇ ਉਹ ਸਾਰੇ ਕੱਪੜੇ ਪਾਨ ਲੱਗਿਆ ਮੇਰੇ ਮਨ 'ਚ ਆਉਂਦਾ ਹੁੰਦਾ ਸੀ ਕੱਪੜੇ ਭਾਵੇਂ ਨਵੇਂ ਨਹੀਂ ਪਰ ਹੈਨ ਤੇ ਉਹਦਾ ਉਤਾਰ ਹੀ ਨਾ ਤੇ ਰੱਸੀ ਨਾਲ ਟੰਗੇ ਹੋਏ ਟਾਂਟਦਾ ਪਰਦਾ ਸੀ ਵaan ਦੀ ਢਿੱਲੀ ਜੀ ਮੰਜੀ ਸੀ ਖੇਸ ਵੀ ਅੱਧੋ ਰਾਣਾ ਸੀ ਕੁੜੀ ਅੱਲੜ ਤੇ ਅਨਪੜ੍ਹ ਸੀ ਪਰ ਇਹ ਖਿਆਲ ਐਡਾ ਨਾਜ਼ੁਕ ਐਡਾ ਕੋਲਾ ਮੈਂ ਤਰਬਕ ਗਏ ਪਰ ਬੀਬੀ ਮੈਂ ਆਪਣੇ ਮਨ ਦੀ ਗੱਲ ਉਹਨੂੰ ਕਦੀ ਨਾ ਆਖੀ ਮਤਾਂ ਵਿਚਾਰੀ ਦਾ ਜੀ ਬੁਰਾ ਹੋ ਜਾਏ ਫੇਰ ਫਿਰ ਮੈਨੂੰ ਕਈ ਵਾਰੀ ਡੇਢ ਪਿੱਛੋਂ ਪਤਾ ਲੱਗਾ ਵਿੱਚ ਕਿਸੇ ਨੇ ਦੱਸ ਦਿੱਤਾ ਉਹਦੀਆਂ ਤੇ ਮੇਰੇ ਘਰ ਵਾਲੇ ਦੀਆਂ ਲੱਗੀਆਂ ਹੋਈਆਂ ਸਨ ਤੇ ਉਹਦਾ ਦਾਦੇ ਪੋਤਰੇ ਉ ਭਰਾ ਲੱਗਦਾ ਸੀ ਪਰ ਇੱਕੋ ਦੇ ਸਕੇ ਭਰਾ ਨੂੰ ਇਸ ਗੱਲੋਂ ਬੜੀ ਕੌੜ ਚੜਦੀ ਸੀ ਉਹ ਤੇ ਇੱਕ ਵਾਰੀ ਆਪਣੀ ਭੈਣ ਦੀ ਗਰਦਨ ਲਾ ਦੇਣ ਲੱਗਾ ਸੀ ਤੇ ਕਿਸੇ ਨੇ ਮੈਨੂੰ ਇਹ ਵੀ ਦੱਸਿਆ ਕਿ ਘੋੜੀ ਵੇਲੇ ਉਹ ਭੈਣ ਦੇ ਸਾਕੋਂ ਜਦੋਂ ਬਾਗ ਗੁੰਦਣ ਲੱਗੀ ਬਾਗ ਗੁੰਦਦੀ ਗੁੰਗਦੀ ਗੁੰਦਦੀ ਨੂੰ ਗਸ਼ੀ ਆ ਗਈ ਸੀ ਅਥਰਵਾ ਨਾਲ ਭਿੱਜੀ ਹੋਈ ਕਰਮਾਂ ਵਾਲੀ ਨੇ ਮੇਰਾ ਹੱਥ ਫੜ ਲਿਆ ਬੀਬੀ ਤੂੰ ਮੇਰੇ ਮਾਨ ਦੀ ਗੱਲ ਸਮਝ ਲੈ ਮੇਰੇ ਕੋਲੋਂ ਉਤਾਰ ਨਹੀਂ ਪਾਇਆ ਜਾਂਦਾ ਮੇਰੀਆਂ ਗੋਟਿਆਂ ਤੇ ਕਿਨਾਰੀਆਂ ਵਾਲੀਆਂ ਸੁਥਣਾ ਮੇਰੀਆਂ ਤਾਰਿਆਂ ਵਾਲੀਆਂ ਚੁੰਨੀਆਂ ਤੇ ਮੇਰੇ ਸਿਲਮਿਆਂ ਵਾਲੇ ਛੱਗੇ ਸਾਰੇ ਉਹਦਾ ਉਤਾਰ ਸੰ ਤੇ ਮੇਰੇ ਕੱਪੜਿਆਂ ਵਾਂਗ ਮੇਰਾ ਘਰ ਵਾਲਾ ਕਰਮਾਂ ਵਾਲੀ ਦੇ ਬੋਲ ਅੱਗੇ ਮੇਰੀ ਕਲਮ ਨਹੀਂ ਹੋਉਂਗੀ ਕਿਹੜੇ ਲਿਖਾਰੀ ਨੇ ਇਹੋ ਜਿਹਾ ਫਿਕਰਾ ਲਿਖ ਲਿਖ ਜਾਣਾ ਹੋਰ ਬੀਬੀ ਮੈਂ ਸਾਰੇ ਕੱਪੜੇ ਲਾ ਆਈਆਂ ਆਪਣਾ ਘਰ ਵਾਲਾ ਵੀ ਇੱਥੇ ਮਾਮੇ ਮਮੀ ਕੋਲ ਆ ਗਈਆਂ ਇਹਨਾਂ ਦਾ ਘਰ ਪੋਚਣੀ ਆ ਮੇਜ਼ ਧੋਣੀ ਆ ਤੇ ਮੈਂ ਇੱਕ ਮਸ਼ੀਨ ਵੀ ਰੱਖੀ ਹੋਈ ਏ ਚਾਰ ਕੱਪੜੇ ਸਿਉ ਲਾਣੇ ਆ ਰੋਟੀ ਖਾ ਲੈਣੇ ਆ ਤੇ ਭਾਵੇਂ ਖੱਦਰ ਦਾ ਜੁੜੇ ਤੇ ਭਾਵੇਂ ਲੱਠੇ ਦਾ ਮੈਂ ਕਿਸੇ ਦਾ ਉਤਾਰ ਨਹੀਂ ਪਾਉਂਦੀ ਮੇਰਾ ਮਾਮਾ ਸੁਲਾ ਕਰਾਉਣ ਨੂੰ ਫਿਰਦਾ ਹੈ ਮੇਰੇ ਮਨ ਦੀ ਗੱਲ ਨਹੀਂ ਸਮਝਦਾ ਮੈਂ ਜਿਸ ਤਰ੍ਹਾਂ ਵੀ ਜਿਉਣੀ ਪਈਆਂ اسی ਤਰ੍ਹਾਂ ਜਿਉ ਲਾਂਗੀ ਹੋਰ ਕੁਝ ਨਹੀਂ ਮੰਗਦੀ ਤੂੰ ਸਿਰਫ ਇੱਕ ਵਾਰ ਮੇਰੇ ਮਨ ਦੀ ਗੱਲ ਲਿਖ ਦੇ ਕਰਮਾਂਵਲੀ ਦੇ ਜਿਹੜੇ ਪਿੰਡੇ ਨਾਲ ਕਹਾਣੀ ਵਾਪਰੀ ਸੀ ਉਹਨੂੰ ਮੈਂ ਇੱਕ ਵਾਰ ਆਪਣੀਆਂ ਬਾਹਾਂ 'ਚ ਘੁੱਟਿਆ ਜਾਪਿਆ ਕਿੰਡਾ ਨਰੋਇਆ ਪਿੰਡ ਐ ਕਿੰਡਾ ਨਰੋਇਆ ਮਨ ਇਹ ਦਵਾਲਾ ਜਿੱਥੇ ਮੈਂ ਘੜੀ ਕੋ ਪਹਿਲਾਂ ਮਿਰਚਾਂ ਤੇ दारू ਉੱਤੇ ਤੇ दारू ਤੋਂ ਖੂਨ ਖਰਾਬੇ ਉੱਤੇ ਪਹੁੰਚਦੀ ਗੱਲ ਤੋਂ ਖਬਰਾ ਗਈ ਸੀ ਉੱਥੇ ਕਰਮਾਂਵਲੀ ਕਿੱਡੀਆਂ ਦਲੇਰੀਆਂ ਨਾਲ ਜਿਉਂਦੀ ਪਈ ਐ ਬਾਹਰੋਂ ਸੜਕ ਉੱਤੋਂ ਸ਼ਿਮਲੇ ਵੱਲੋਂ ਆਉਂਦੀਆਂ ਮੋਟਰਾਂ ਲੰਘਦੀਆਂ ਹਨ ਤੇ ਜਿਨ੍ਹਾਂ ਦੀਆਂ ਸਵਾਰੀਆਂ ਰੇਸ਼ਮੀ ਕੱਪੜਿਆਂ 'ਚ ਲਪੇਟੀਆਂ ਹੋਈਆਂ ਕਈ ਵਾਰ ਪਲਕੂ ਇਸ ਦੁਕਾਨ ਉਤੇ ਚਾਹ ਦੇ ਪਿਆਲੇ ਲਈ ਖਲੋ ਜਾਂਦੀਆਂ ਨੇ ਜਾਂ ਸਿਗਰਟ ਦੀ ਡੱਬੀ ਲਈ ਜਾਂ ਗਰਮ ਤੰਦੂਰੀ ਰੋਟੀ ਲਈ ਉਹ ਜਿਨ੍ਹਾਂ ਦੇ ਗਲ ਪਏ ਰੇਸ਼ਮੀ ਕੱਪੜੇ ਪਤਾ ਨਹੀਂ ਕਿਹਦਾ ਕਿਹਦਾ ਉਤਾਰ ਹੁੰਦੇ ਨੇ ਤੇ ਕਰਮਾਂ ਵਾਲੀ ਉਹਨਾਂ ਦੇ ਮੇਜ਼ ਪੂੰਝਦੀ ਹੈ ਕੁਰਸੀਆਂ ਝਾੜਦੀ ਹੈ ਉਹ ਕਰਮਾਂ ਵਾਲੀ ਜਿਨੇ ਗਲ 'ਚ ਖੱਦਰ ਦੀ ਕਮੀਜ਼ ਪਾਈ ਹੋਈ ਹੈ ਜਿਹੜੀ ਆਪਣੇ ਪਿੰਡੇ ਉਤੇ ਕਿਸੇ ਦਾ ਉਤਾਰ ਨਹੀਂ ਪਾ ਸਕਦੀ ਬੀਬੀ ਮੈਂ ਤੇਰਾ 20 ਰੁਪਇਆ ਸਾਹਮਣੇ ਰੱਖਿਆ ਹੋਇਆ ਹੈ ਸੱਚਮੁੱਚ ਹੁਣ ਤੱਕ ਆਹੋ ਬੀਬੀ ਉਹ ਰੁਪਈਆ ਮੈਂ ਉਸ ਵੇਲੇ ਆਪਣੀ ਨੈਣ ਨੂੰ ਫੜਾਤਾ ਸੀ ਤੇ ਫਿਰ ਉਹ ਤੋਂ ਦੂਜੀ ਭਲਕ ਦੀ ਉਹ ਗੱਲ ਸੀ ਜਦੋਂ ਮੈਂ ਤੇਰੀ ਤਸਵੀਰ ਤੱਕੀ ਸੀ ਮੈਂ ਨੈਣ ਕੋਲੋਂ ਰੁਪਈਆ ਲੈ ਕੇ ਸਾਹਮ ਲਿਆ ਸੀ ਤੂੰ ਬੀਬੀ ਮੈਨੂੰ ਉਸ ਰੁਪਈਏ ਦੇ ਨੋਟ ਉੱਤੇ ਆਪਣਾ ਨਾਮ ਲਿਖ ਦੇ ਫਿਰ ਤੂੰ ਜਦੋਂ ਮੇਰੀ ਕਹਾਣੀ ਲਿਖੇਂਗੀ ਮੈਨੂੰ ਜ਼ਰੂਰ ਭੇਜੀ ਮੈਂ ਗੁਰਮੁਖੀ ਦੇ ਅੱਖਰ ਚੰਗੀ ਤਰ੍ਹਾਂ ਉਠਾ ਲੈਣੀਆਂ ਤੂੰ ਗੁਰਮੁਖੀ 'ਚ ਲਿਖੀ ਬੀਬੀ ਤੇ ਕਰਮਾ ਵਾਲੀ ਨੇ ਉੱਠ ਕੇ ਮੰਜੀ ਹੀਠਾਂ ਧਰਿਆ ਹੋਇਆ ਟਰੰਕ ਖੋਲਿਆ ਰੰਕ ਜਿੱਕ ਲੱਕੜ ਦੀ ਸੰਦੂਕੜੀ ਸੀ ਉਹਨੇ ਰੁਪਈਏ ਦਾ ਤੈਅ ਕੀਤਾ ਹੋਇਆ ਨੋਟ ਖੋਲਿਆ ਮੈਂ ਆਪਣਾ ਨਾਮ ਲਿਖ ਦੇਂ ਨਿਆ ਕਰਮਾ ਲਈ ਮੈਂ ਖੋਰੇ ਕਈਆਂ ਕੁੜੀਆਂ ਦੇ ਨੋਟਾਂ ਉੱਤੇ ਆਪਣਾ ਨਾਮ ਲਿਖਿਆ ਹੋਏਗਾ ਪਰ ਅੱਜ ਮੇਰਾ ਜੀ ਕਰਦਾ ਤੂੰ ਮੇਰੇ ਇੱਕ ਨੋਟ ਉੱਤੇ ਆਪਣਾ ਨਾਮ ਲਿਖ ਦੇ ਕਹਾਣੀ ਲਿਖਣ ਵਾਲਾ ਵੱਡਾ ਨਹੀਂ ਹੁੰਦਾ ਵੱਡਾ ਹੋਵੇ ਜਿਹਨੇ ਕਹਾਣੀ ਆਪਣੇ ਪਿੰਡੇ ਉੱਤੇ ਝੱਲੀ ਮੈਨੂੰ ਚੰਗੀ ਤਰ੍ਹਾਂ ਲਿਖਣਾ ਨਹੀਂ ਆਉਂਦਾ ਕਰਮਾ ਵਾਲੀ ਸੰਗ ਸੰਗ ਗਈ ਤੇ ਫਿਰ ਕਹਿਣ ਲੱਗੀ ਤੂੰ ਮੇਰਾ ਨਾਮ ਕਹਾਣੀ 'ਚ ਜ਼ਰੂਰ ਲਿਖੀ हां मैं वही ना तेरे ਹੱਥਾਂ ਦਾ ਲਿਖਿਆ ਹੋਇਆ ਤੇਰਾ ਨਾਂ ਆਪਣੀ ਕਹਾਣੀ ਦਾ ਨਾਂ ਰੱਖਾਂਗੀ ਮੈਂ ਬਟੂਏ ਵਿੱਚੋਂ ਨੋਟ ਵੀ ਕੱਢ ਲਿਆ ਤੇ ਕਲਮ ਵੀ ਕਰਮਾਂ ਵਾਲੀ ਅੱਜ ਤੇਰੀ ਕਹਾਣੀ ਲਿਖ ਰਹੀਆਂ ਉਹੀ ਰੁਪਈਏ ਦੇ ਨੋਟ ਉੱਤੇ ਲਿਖਿਆ ਹੋਇਆ ਤੇਰਾ ਨਾਂ ਅੱਜ ਇਸ ਕਹਾਣੀ ਦੇ ਮੱਥੇ ਉੱਤੇ ਸੁੱਚੀ ਬਿੰਦੀ ਵਾਂਗ ਲੱਗਾ ਹੋਇਆ ਹੈ ਇਸ ਕਹਾਣੀ ਨੇ ਤੇਰਾ ਕੁਝ ਨਹੀਂ ਸਵਾਰ ਸਕਣਾ ਪਰ ਇਹ ਭਰੋਸਾ ਰੱਖੀ ਉਹ ਦਿਲ ਵੀ ਇਸ ਤੇਰੀ ਬਿੰਦੀ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਦੇ ਆਪਣੇ ਖੂਨ ਦਾ ਰੰਗ ਇਸ ਤੇਰੀ ਬਿੰਦੀ ਦੇ ਰੰਗ ਨਾਲ ਰਲਦਾ ਹੈ ਤੇ ਉਹ ਮੱਥੇ ਵੀ ਇੱਕ ਸ਼ਰਮਿੰਦਗੀ ਨਾਲ ਇਹਦੇ ਅੱਗੇ ਝੁਕਦੇ ਨੇ ਜਿਨ੍ਹਾਂ ਨੇ ਆਪਣੇ ਗਲਾਂ 'ਚ ਪਤਾ ਨਹੀਂ ਕੀ ਦੇਖ ਕੇ ਦੇ ਉਤਾਰ ਪਾਈ ਹੋਏ ਨੇ ਧੰਨ